काम सब तो ज्यादा हो गए या तो लगता है कि एक साल च एक काम जड़े है वो पैसा ना होने वजह करके कोविड होने वजह करके रह गए उन्हें कामों जरा पूरा किया जाएगा। नहीं कोविड ने देखो नुकसान तो पहुंचाया ओवरऑल सारी डिवेलपमेंट को डकया वा नहीं तो डिवेलपमेंट होर बड़ी अगे चले जाती छे सत महीने तो मुल्क खलो ही गया साड़ी आमदन घट गई तो हुण सेंटर सरकार ने हाथ घुट लिया बाह मरा वाले टैक्टस वरतले पर इसके बावजूद पंजाब दे सड़क भी बन रही ने सड़क वाइडन भी हो रही ने पिंड च पॉइंट्स भी ठीक किए जा रहे ने जिम भी बन रहे ने पार्क बन रहे ने तो स्टेडियम बन रहे ने सो ये सारा काम चल रहा है क्योंकि हायर एजुकेशन भी तुहाडे कोल है और अजिहे च स्कूल जिहड़े ने बंद कर दिते ਤੁਸੀਂ ਵੀ ਵਿਚਾਰ ਕਰ ਰਹੇ ਹੋ ਜਿਸ ਤਰੀਕੇ ਨਾਲ ਕੋਵਿਡ ਦੇ ਕੇਸ ਵੱਧ ਰਹੇ ਆ ਕੀ ਦੇਖੋ ਕਾਲਜ ਯੂਨੀਵਰਸਿਟੀਆਂ ਦੇ ਵੀ ਸਮੇਂ ਦੀ ਨਜ਼ਾਕਤ ਦੇਖ ਕੇ ਨਾਲੇ UGC ਨਾਲ ਡਿਸਕਸ ਕਰਕੇ ਫਿਰ ਇਹਦਾ ਫੈਸਲਾ ਲਿਆ ਜਾਵੇਗਾ ਸੋ ਦੇਖੋ ਈਸ਼ਵਰ ਕਰੇ ਵੀ ਇਹ ਬਿਮਾਰੀ ਰੁਕ ਜਾਵੇ ਪਰ ਜੇ ਸਮਾਂ ਮੰਗੇਗਾ ਤੇ ਫਿਰ ਸ਼ਾਇਦ ਬੰਦ ਵੀ ਕਰਨਾ ਪੈਣਾ ਬੰਦ ਕਰ ਸਕਦੇ ਕਿਉਂਕਿ ਸਕੂਲ ਤਾਂ ਬੰਦ ਹੋ ਗਏ ਇਹ ਫੈਸਲਾ CM ਸਾਹਿਬ ਕਰਨਗੇ ਪਰ ਸਮੇਂ ਦੀ ਨਜ਼ਾਕਤ ਦੇਖ ਕੇ ਸਰਕਾਰ ਫੈਸਲਾ ਕਰੇਗੀ ਤੁਹਾਨੂੰ ਕੀ ਲੱਗ ਰਿਹਾ ਜਿਸ ਤਰੀਕੇ ਨਾਲ ਕੇਸ ਵੱਧ ਰਹੇ ਆ ਡਾਕਟਰ KK ਤਲਵਾਰ ਹੋਰੀ ਵੀ ਲਗਾਤਾਰ ਮੋਨੀਟਰਿੰਗ ਕਰ ਰਹੇ ਆ ਫੈਸਲੇ ਲਿੱਤੇ ਜਾ ਰਹੇ ਸਖਤੀ ਕੀਤੀ ਜਾ ਰਹੀ ਕਈ ਥਾਵਾਂ ਤੇ ਨਾਈਟ ਕਰਫਿਊ ਲੱਗ ਗਿਆ ਹਜੇ ਮੇਰਾ ਖਿਆਲ ਅਸੀਂ ਹੋਰ ਹਫ਼ਤਾ ਦੇਖਾਂਗੇ ਫਿਰ ਉਹਦੇ ਪਿੱਛੋਂ ਐਕਸ਼ਨ ਲਵਾਂਗੇ 2022 ਚ ਕਿਹੜੇ ਮੁੱਦਿਆਂ ਤੇ ਸਰਕਾਰ ਚੋਣ ਲੜੇਗੀ ਡਿਵੈਲਪਮੈਂਟ ਦੇ ਮੁੱਦਿਆਂ ਤੇ ਅਸੀਂ ਡਿਵੈਲਪਮੈਂਟ ਪਰ ਸ਼ਹਿਰੀ ਡਿਵੈਲਪਮੈਂਟ ਵੀ ਕਰਾਈ ਹੈ ਪਿੰਡੂ ਡਿਵੈਲਪਮੈਂਟ ਵੀ ਕਰਾਈ ਹੈ ਅਗਰ ਮੈਂ ਪੰਜ ਕਹਾਂਗੀ ਇਹ ਪੰਜ ਮੁੱਦੇ ਜਿਹੜੇ ਹੋ ਰਹੇ ਹਨ ਮੁਸਲ ਕਮੇਟੀ ਦੀਆਂ ਇਲੈਕਸ਼ਨਾਂ ਬੜੀ ਸ਼ਾਨੋ ਸ਼ੌਕਤ ਨਾਲ ਜਿੱਤ ਕੇ ਆਏ ਸੋ ਇਹ ਕੀ ਗੱਲ ਵਾਲੀ ਗੱਲ ਆ ਕਿਉਂਕਿ ਆਮ ਆਦਮੀ ਪਾਰਟੀ ਕੱਲ੍ਹ ਭਗਵੰਤ ਮਾਨ ਹੋਰੀ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਹ ਕਹਿ ਰਹੇ ਸੀ ਕਿ ਬਰਗਾੜੀ ਦਾ ਮਸਲਾ ਨਹੀਂ ਸੁਲਝਾਇਆ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਬਿਜਲੀ ਜਿਹੜੀ ਹੈ ਉਹ ਸਸਤੀ ਨਹੀਂ ਕੀਤੀ ਗਈ ਦੇਖੋ ਭਗਵੰਤ ਮਾਨ ਹੋਰੀ ਵੀ ਅਪੋਜੀਸ਼ਨ ਦੇ ਲੀਡਰ ਨੇ ਉਹਨਾਂ ਨੇ ਇਹੋ ਜਿਹੇ ਐਲੀਗੇਸ਼ਨ ਲਾਉਂਦੇ ਰਹਿਣਾ ਸਿਰ ਮੱਥੇ ਲਾਉਂਦੇ ਰਹਿਣ ਪਰ ਨੌਕਰੀਆਂ ਵੀ ਜਿਹੜੇ ਬਣਦਾ ਹੱਕ ਸੀ ਉਹਨਾਂ ਨੂੰ ਦੇ ਰਹੇ ਹਾਂ ਹੁਣ ਹਰ ਜਿਹੜਾ ਵੀ ਇਨਸਾਨ ਨੌਕਰੀ ਲੱਭਦਾ ਨੌਕਰੀ ਵੀ ਹੁਣ ਵੱਧ ਕਿਸੇ ਦੀ ਨੌਕਰੀ ਸਰਕਾਰੀ ਨੌਕਰੀ ਨੌਕਰੀ ਸਮਝਦੇ ਪ੍ਰਾਈਵੇਟ ਕਾ ਫੈਕਟਰੀ 'ਚ ਕੰਮ ਕਰਨਾ ਜਾਂ ਪ੍ਰਾਈਵੇਟ ਕਾਰਖਾਨੇ 'ਚ ਨੌਕਰੀ ਹੋਣਾ ਉਹਨੂੰ ਸਰਕਾਰੀ ਨੌਕਰੀ ਨਹੀਂ ਸਮਝਦੇ ਉਹਨੂੰ ਨੌਕਰੀ ਬਣਦੇ ਨਹੀਂ ਕੋਈ ਕਹਿੰਦਾ ਮੈਨੂੰ ਪਟਵਾਰੀ ਲਾ ਦਿਓ ਕੋਈ ਲੱਗਦਾ ਸਰਕਾਰੀ ਨੌਕਰੀ ਦੀ ਤਾਂ ਕੋਈ ਲਿਮਿਟੇਸ਼ਨ ਹੈਗੀ ਆ ਬਾਕੀ ਤਾਂ ਰੋਟੀ ਕਮਾਉਣੀ ਆ ਸੋ ਪ੍ਰਾਈਵੇਟ ਫੈਕਟਰੀਆਂ 'ਚ ਵੀ ਲੱਗ ਕੇ ਰੋਟੀ ਕਮਾਈ ਜਾ ਸਕਦੀ ਆ ਆਪਣਾ ਕੰਮ ਕਰਕੇ ਵੀ ਰੋਟੀ ਕਮਾਈ ਜਾ ਸਕਦੀ ਆ ਸੋ ਕਿੱਤੇ ਦੀ ਟ੍ਰੇਨਿੰਗ ਦਿੰਦੇ ਆ ਉਸ ਕਿੱਤੇ ਲਈ ਇੰਪਰੀਮੈਂਟਸ ਦਿੰਦੇ ਆ ਸੋ ਸਾਰੇ ਪਾਸੇ ਕੰਮ ਠੀਕ ਡਰੱਗਸ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਕਹਿ ਰਹੇ ਵੱਡੀਆਂ ਮਗਰ ਮੱਛੀਆਂ ਨਹੀਂ ਫੜੀਆਂ ਹਾਂਜੀ ਡਰੱਗਸ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਕਿ ਮੁੱਖ ਮੰਤਰੀ ਨੇ ਉਦੋਂ 4 ਹਫ਼ਤਿਆਂ 'ਚ ਕਿਹਾ ਸੀ ਨਸ਼ਾ ਖਤਮ ਕਰ ਦਾਂਗੇ ਦੇਖੋ ਨਸ਼ੇ ਦੇ ਖਿਲਾਫ ਲੜਾਈ ਅੱਜ ਵੀ ਪੂਰੇ ਜ਼ੋਰਾਂ ਨਾਲ ਚੱਲ ਰਹੀ ਕਿਉਂਕਿ ਪਾਕਿਸਤਾਨ ਸਾਡੇ ਗੁਆਂਢ ਬੈਠਾ ਉਹਦਾ ਅਸੀਂ ਉਸ ਇਲਾਕੇ ਤੋਂ ਆਉਂਦੇ ਸਰ ਤੋਂ ਹਾਂਜੀ ਉਹਦਾ ਏਮ ਇਹ ਹੀ ਆ ਨਸ਼ਾ ਵਾਤਤ ਭੇਜਣਾ ਡਰੋਨਸ ਔਰ ਦੂਜੇ ਦਿਨ ਡਰੋਨ ਆਇਆ ਹੁੰਦਾ ਉਹ 'ਚ 2-3 ਕਿਲੋ ਸਮੈਕ ਆ ਜਾਂਦੀ ਹੈ ਹੀਰੋਇਨ ਆ ਜਾਂਦੀ ਹੈ ਅਤੇ ਨਾਲ ਹਥਿਆਰ ਆ ਜਾਂਦੇ ਨੇ ਸੋ ਉਹ ਡਰੋਨਸ ਦਾ ਮੁਕਾਬਲਾ ਤਾਂ ਪੰਜਾਬ ਸਰਕਾਰ ਨਹੀਂ ਕਰ ਸਕਦੀ ਉਹ ਤਾਂ ਗਵਰਨਮੈਂਟ ਆਫ ਇੰਡੀਆ ਹੀ ਕਰ ਸਕਦੀ ਹੈ ਪਰ ਇਸ ਦੇ ਬਾਵਜੂਦ ਪੂਰੀ ਜ਼ੋਰਾਂ ਨਾਲ ਲੱਗਿਆ ਵੀ ਇਸ ਚੀਜ਼ ਨੂੰ ਸਤਾ ਲਈ ਕੋਰਟ ਦੇ ਕੱਢਿਆ ਜਾਵੇ ਇੱਕ ਸਰਕਾਰ ਨੇ ਓਵਰਆਲ ਅੰਕੜਾ ਪੇਸ਼ ਕੀਤਾ ਕਿ 86% ਵਾਰੇ ਪੂਰੇ ਕੀਤੇ ਤੁਹਾਡੇ ਮਹਿਕਮੇ ਦੀ ਦੋਵੇਂ ਮਹਿਕਮਿਆਂ ਦੀ ਗੱਲ ਕੀਤੀ ਜਾਵੇ ਕਿੰਨੇ ਫੀਸਦ ਤੁਹਾਨੂੰ ਲੱਗ ਰਿਹਾ 86 ਤੋਂ ਉੱਪਰ 86 ਤੋਂ ਘੱਟ ਹੈ ਕਿੰਨੇ ਪਰਸੈਂਟ ਕੰਮ ਜਿਹੜੇ ਹੋਏ ਨੇ ਅਸੀਂ ਨਰੇਗਾ ਦਾ ਕੰਮ ਜਿਹੜਾ ਵਾ ਉਹ ਪਿਛਲੇ ਜਿਹੜਾ 8 ਸਾਲਾਂ ਹੀ ਨਹੀਂ ਪੂਰਾ ਕਦੇ ਉਹਨਾਂ ਉਦੋਂ ਵੱਧ ਅਸੀਂ ਇਹਨਾਂ 54 ਸਾਲਾਂ 'ਚ ਕਰਤਾ ਵਾ ਲੋਕਾਂ ਨੂੰ ਵੱਧ ਤੋਂ ਵੱਧ ਜਿਹੜੀ ਇੰਪਲਾਇਮੈਂਟ ਦਿੱਤੀ ਆ ਸੋ ਗਰੀਬ ਕਰੋਨਾ ਦੇ ਵਿੱਚ ਜਿਹੜੇ ਗਰੀਬ ਰੋਟੀ ਨਹੀਂ ਲੱਭਦੀ ਉਹਨਾਂ ਨੂੰ ਅਸੀਂ ਦਿਹਾੜੀਆਂ ਦਿੱਤੀਆਂ ਨੇ ਇੱਜ਼ਤਦਾਰ ਦਿਹਾੜੀਆਂ ਦਿੱਤੀਆਂ ਨੇ ਉਹਨਾਂ ਨਰੇਗਾ 'ਚ ਕੰਮ ਕੀਤਾ ਅਤੇ ਬਾਇਜ਼ਤ ਘਰ ਬਹਿ ਕੇ ਰੋਟੀ ਖਾਧੀ ਆ ਸੋ ਸਾਰੇ ਪੱਖੇ ਵਧੀਆ ਕੰਮ ਹੋਇਆ 22 'ਚ ਪੰਜਾਬ ਕਾਂਗਰਸ ਦਾ ਕਪਤਾਨ ਅਮਰਿੰਦਰ ਸਿੰਘ ਹੋਣਗੇ ਇਹ ਤਾਂ ਉਹਨਾਂ ਹਾਈਕਮਾਂਡ ਦਾ ਹੱਕ ਆ ਪਰ ਮੇਰੀ ਸੋਚ ਮੁਤਾਬਕ ਉਹ ਹੋਣੇ ਚਾਹੀਦੇ ਨੇ ਧੰਨਵਾਦ ਤਾਂ 4 ਸਾਲ ਦੇ ਕੰਮਕਾਰ ਕੈਬਨਿਟ ਮੰਤਰੀ ਕਿਨਾਰੇ ਨੇ ਔਰ ਸਾਫ਼ ਤੌਰ 'ਤੇ 2022 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਦੀ ਕਿਸ ਤਰੀਕੇ ਦੀ ਤਿਆਰੀ ਹੈ ਉਸ ਮੁਤਲਕ ਵੀ ਸਾਫ਼ ਤੌਰ 'ਤੇ ਬੇਬਾਕੀ ਦੇ ਨਾਲ ਤਮਾਮ ਜਵਾਬ ਜਿਹੜੇ ਨੇ ਉਹ ਤ੍ਰਿਪਤ ਰਜਿੰਦਰ ਬਾਜਵਾ ਹੋਰਾਂ ਨੇ